ਹੈਲੋ ਦੋਸਤੋ, ਬੈਸਟ ਫਿਊਚਰ ਐਜੂਕੇਸ਼ਨ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਦੋਸਤੋ, ਇਸ ਵੀਡੀਓ 'ਚ ਆਪਾਂ ਕਵਰ ਕਰ ਰਹੇ ਹਾਂ ਪੰਜਾਬ ਜੀਕੇ ਰਿਲੇਟਡ ਟੋਪ 20 MCQ ਜੋ ਕਿ ਆਉਣ ਵਾਲੇ ਪੰਜਾਬ ਲੈਵਲ ਦੇ ਹਰ ਇੱਕ ਐਗਜ਼ਾਮ ਲਈ ਇੰਪੋਰਟੈਂਟ ਰਹਿਣ ਵਾਲੇ ਨੇ। ਤਾਂ ਦੋਸਤੋ, ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਣਾ ਐਂਡ ਚੈੱਕ ਕਰਨਾ ਕਿੰਨੇ ਆਂਸਰ ਤੁਹਾਡੇ ਸਹੀ ਜਾਂਦੇ ਨੇ। ਐਂਡ ਦੋਸਤੋ, ਚੈਨਲ 'ਤੇ ਫਸਟ ਵਾਰ ਵਿਜ਼ਿਟ ਕਰ ਰਹੇ ਹੋ, ਚਲੋ ਸਬਸਕ੍ਰਾਈਬ ਕਰ ਲੈਣਾ, ਨਾਲ ਲੱਗੇ ਬੈੱਲ ਆਈਕਨ ਦੀ ਘੰਟੀ ਨੂੰ ਪ੍ਰੈਸ ਕਰਕੇ ਆਲ ਨੋਟੀਫਿਕੇਸ਼ਨ ਔਨ ਜ਼ਰੂਰ ਕਰ ਲੈਣਾ, ਤਾਂ ਕਿ ਸਾਡੇ ਵੱਲੋਂ ਜਦ ਵੀ ਕੋਈ ਨਵੀਂ ਵੀਡੀਓ ਅਪਲੋਡ ਹੋਵੇ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚ ਸਕੇ। ਕੁਐਸਚਨ ਨੰਬਰ ਫਸਟ, ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਕੌਣ ਬਣੀ? ਬੀਬੀ ਜੰਗੀਰ ਕੌਰ, ਕਿਰਨ ਬੇਦੀ, ਰਜਿੰਦਰ ਕੌਰ ਪੱਠਲ, ਸ੍ਰੀਮਤੀ ਸੀਮਾ ਰਾਏ। ਤਾਂ ਰਾਈਟ ਆਂਸਰ ਹੈ ਰਜਿੰਦਰ ਕੌਰ ਪੱਠਲ। ਰਜਿੰਦਰ ਕੌਰ ਪੱਠਲ ਜੋ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਬਣੀ। ਪੰਜਾਬ ਦੀ ਸਭ ਤੋਂ ਵੱਡੀ ਅਨਾਜ ਮੰਡੀ ਕਿਹੜੀ ਹੈ? ਮਰਿੰਡਾ, ਮਾਨਸਾ, ਕੋਟਕਪੁਰਾ, ਖੰਨਾ। ਤਾਂ ਰਾਈਟ ਆਂਸਰ ਹੈ ਖੰਨਾ। ਖੰਨਾ ਜੋ ਅਨਾਜ ਮੰਡੀ ਹੈ, ਸਿਰਫ ਪੰਜਾਬ ਦੀ ਨਹੀਂ ਪੂਰੇ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਹੈ। ਅੰਮ੍ਰਿਤਸਰ ਦੀ ਸੰਧੀ ਕਦੋਂ ਹੋਈ ਸੀ? 1805, 1806, 1807 ਜਾਂ 1809? ਤਾਂ ਰਾਈਟ ਆਂਸਰ ਹੈ 1809। ਇਹ ਸੰਧੀ ਜੋ ਅੰਗਰੇਜ਼ਾਂ ਅਤੇ ਮਹਾਰਾਜਾ ਰਣਜੀਤ ਸਿੰਘ ਵਿਚਕਾਰ ਹੋਈ ਸੀ। ਇਸ ਸੰਧੀ ਅਨੁਸਾਰ ਜੋ ਮਹਾਰਾਜਾ ਰਣਜੀਤ ਸਿੰਘ ਨੇ ਸਤਲੁਜ ਦਰਿਆ ਨੂੰ ਆਪਣੀ ਪੂਰਬੀ ਹੱਦ ਮੰਨ ਲਿਆ ਸੀ। ਪੰਜਾਬ ਅਤੇ ਪੈਪਸੂ ਦਾ ਮੇਲ ਕਦੋਂ ਹੋਇਆ? 1950, 1952, 1953 ਜਾਂ 1956? ਤਾਂ ਰਾਈਟ ਆਂਸਰ ਹੈ 1956। ਜੋ ਪੈਪਸੂ ਨੂੰ ਪੰਜਾਬ ਵਿੱਚ 1956 ਵਿੱਚ ਮਿਲਾ ਲਿਆ ਸੀ ਐਂਡ ਜੋ ਪੈਪਸੂ ਦੀ ਸਥਾਪਨਾ 1948 ਵਿੱਚ ਹੋਈ ਸੀ। ਪੰਜਾਬੀ ਸੂਬੇ ਦਾ ਮੋਢੀ ਕੌਣ ਹੈ? ਮਾਸਟਰ ਤਾਰਾ ਸਿੰਘ, ਮਾਸਟਰ ਕਪੂਰ ਸਿੰਘ, ਮਾਸਟਰ ਅਕੇਸ਼, ਮਾਸਟਰ ਮੋਹਨ। ਤਾਂ ਰਾਈਟ ਆਂਸਰ ਹੈ ਮਾਸਟਰ ਤਾਰਾ ਸਿੰਘ। ਠੀਕ ਹੈ, ਮਾਸਟਰ ਤਾਰਾ ਸਿੰਘ ਨੂੰ ਜੋ ਪੰਜਾਬੀ ਸੂਬੇ ਦਾ ਪਿਤਾਮਾ ਕਿਹਾ ਜਾਂਦਾ ਹੈ। ਇਹ ਕੁਐਸਚਨ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਅਕਸਰ ਐਗਜ਼ਾਮ ਵਿੱਚ ਦੇਖਣ ਨੂੰ ਮਿਲਦਾ ਹੈ। ਪੰਜਾਬ ਦਾ ਕਿਹੜਾ ਸ਼ਹਿਰ ਫਰਨੀਚਰ ਦੇ ਸਮਾਨ ਲਈ ਪ੍ਰਸਿੱਧ ਹੈ? ਕੀਰਤਪੁਰ, ਮਾਨਸਾ, ਕਰਤਾਰਪੁਰ ਜਾਂ ਖੰਨਾ? ਤਾਂ ਰਾਈਟ ਆਂਸਰ ਹੈ ਕਰਤਾਰਪੁਰ। ਕਰਤਾਰਪੁਰ ਜੋ ਪੰਜਾਬ ਦਾ ਸ਼ਹਿਰ, ਇਹ ਫਰਨੀਚਰ ਉਦਯੋਗ ਲਈ ਪ੍ਰਸਿੱਧ ਹੈ। ਗਿਆਨਪੀਠ ਪੁਰਸਕਾਰ ਪ੍ਰਾਪਤ ਕਰਨ ਵਾਲੀ ਪੰਜਾਬੀ ਕਵੀ ਕੌਣ ਹੈ? ਸ੍ਰੀਮਤੀ ਅੰਮ੍ਰਿਤਾ ਸ਼ੇਰਗਿੱਲ, ਸ੍ਰੀਮਤੀ ਅੰਮ੍ਰਿਤਾ ਪ੍ਰੀਤਮ, ਦਲੀਪ ਕੌਰ ਟਵਾਣਾ, ਸ੍ਰੀਮਤੀ ਸ਼ਰਮੀਲਾ ਪਾਂਡੇ। ਤਾਂ ਰਾਈਟ ਆਂਸਰ ਹੈ ਸ੍ਰੀਮਤੀ ਅੰਮ੍ਰਿਤਾ ਪ੍ਰੀਤਮ। ਇਹਨਾਂ ਤੋਂ ਇਲਾਵਾ ਜੋ ਗੁਰਦਿਆਲ ਸਿੰਘ ਨੇ, ਉਹਨਾਂ ਨੂੰ ਵੀ ਗਿਆਨਪੀਠ ਪੁਰਸਕਾਰ ਪ੍ਰਾਪਤ ਹੋਇਆ ਹੈ। ਤਾਂ ਤੁਸੀਂ ਯਾਦ ਰੱਖਣਾ ਹੈ ਜੋ ਪੰਜਾਬੀ ਸਾਹਿਤ ਦੇ ਦੋ ਨਾਮ ਨੇ, ਅੰਮ੍ਰਿਤਾ ਪ੍ਰੀਤਮ ਅਤੇ ਗੁਰਦਿਆਲ ਸਿੰਘ, ਇਹਨਾਂ ਨੂੰ ਜੋ ਗਿਆਨਪੀਠ ਪੁਰਸਕਾਰ ਦਿੱਤਾ ਗਿਆ ਹੈ। ਐਂਡ ਦੋਸਤੋ, ਤੁਹਾਨੂੰ ਦੱਸ ਦਈਏ ਜੋ ਪੰਜਾਬੀ ਦਾ ਏ ਪੇਪਰ ਹੈ, ਉਹ ਤੁਸੀਂ ਪੰਜਾਬ ਲੈਵਲ ਦਾ ਕੋਈ ਵੀ ਐਗਜ਼ਾਮ ਦੇਣਾ ਹੈ, ਤੁਹਾਨੂੰ ਕੁਆਲੀਫਾਈ ਕਰਨਾ ਪੈਣਾ ਹੈ। ਠੀਕ ਹੈ ਜੀ, ਤਾਂ ਸਾਡੇ ਵੱਲੋਂ ਉਸ ਰਿਲੇਟਡ ਜੋ ਈ ਬੁੱਕ ਤਿਆਰ ਕੀਤੀ ਗਈ ਹੈ, ਤੁਸੀਂ ਉਸਦੀ ਜੋ PDF ਡਾਊਨਲੋਡ ਕਰ ਸਕਦੇ ਹੋ। ਡਿਸਕ੍ਰਿਪਸ਼ਨ ਬਾਕਸ ਵਿੱਚ ਤੁਹਾਨੂੰ ਲਿੰਕ ਦਿੱਤਾ ਗਿਆ, ਸਿਰਫ 159 ਰੁਪਏ ਪੇ ਕਰਕੇ ਉਸ ਨੂੰ ਤੁਸੀਂ ਡਾਊਨਲੋਡ ਕਰ ਸਕਦੇ ਹੋ। ਠੀਕ ਹੈ ਜੀ, ਇਸ ਵਿੱਚ ਫੁੱਲ ਸਿਲੇਬਸ ਕਵਰ ਹੈ, ਤੁਹਾਨੂੰ ਕਿਤੋਂ ਵੀ ਹੋਰ ਪੜ੍ਹਨ ਦੀ ਜ਼ਰੂਰਤ ਨਹੀਂ ਹੈਗੀ, ਇਹ ਬੁੱਕ ਤੁਹਾਡੇ ਲਈ ਕਾਫੀ ਹੈ। ਤਾਂ ਦੋਸਤੋ, ਵੀਡੀਓ ਤੋਂ ਬਾਅਦ ਤੁਸੀਂ ਜਲਦੀ ਇਸ ਨੂੰ ਡਾਊਨਲੋਡ ਕਰ ਲੈਣਾ ਐਂਡ ਇਸਦਾ ਪ੍ਰਿੰਟ ਕਰਕੇ ਤੁਸੀਂ ਆਪਣੀ ਤਿਆਰੀ ਸ਼ੁਰੂ ਕਰ ਦੇਣੀ ਹੈ। ਪੰਜਾਬੀ ਨਾਵਲ ਦਾ ਮੋਢੀ ਕੌਣ ਹੈ? ਗੁਰਦਿਆਲ ਸਿੰਘ, ਨਾਨਕ ਸਿੰਘ, ਨਾਨਕ ਦੁੱਗਾ, ਗੁਰਦਿਆਲ ਖੰਨਾ। ਤਾਂ ਰਾਈਟ ਆਂਸਰ ਹੈ ਨਾਨਕ ਸਿੰਘ। ਠੀਕ ਹੈ, ਨਾਨਕ ਸਿੰਘ ਨੂੰ ਜੋ ਪੰਜਾਬੀ ਨਾਵਲ ਦਾ ਮੋਢੀ ਕਿਹਾ ਜਾਂਦਾ ਹੈ। ਪੰਜਾਬ ਨਾਲ ਕਿੰਨੇ ਰਾਜਾਂ ਦੀ ਹੱਦ ਲੱਗਦੀ ਹੈ? 3, 4,
ਪੰਜ ਜਾਂ ਛੇ? ਤਾਂ ਰਾਈਟ ਆਂਸਰ ਹੈ ਤਿੰਨ। ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਰਾਜਸਥਾਨ। ਐਂਡ ਦੋਸਤੋ, ਜੋ ਦੋ ਕੇਂਦਰ ਸ਼ਾਸਿਤ ਪ੍ਰਦੇਸ਼ ਨੇ, ਜੰਮੂ ਕਸ਼ਮੀਰ ਅਤੇ ਚੰਡੀਗੜ੍ਹ। ਪੰਜਾਬ ਦੀ ਕੇਂਦਰੀ ਯੂਨੀਵਰਸਿਟੀ ਕਿੱਥੇ ਸਥਿਤ ਹੈ? ਤਲਵੰਡੀ ਸਾਬੋ, ਅੰਮ੍ਰਿਤਸਰ, ਬਠਿੰਡਾ ਜਾਂ ਫਤਿਹਗੜ੍ਹ ਸਾਹਿਬ? ਤਾਂ ਰਾਈਟ ਆਂਸਰ ਹੈ ਬਠਿੰਡਾ। ਬੰਦਾ ਸਿੰਘ ਬਹਾਦਰ ਨੂੰ ਕਿਸ ਸਾਲ ਸ਼ਹੀਦ ਕੀਤਾ ਗਿਆ ਸੀ? 9 ਜੂਨ 1716, 9 ਜੁਲਾਈ 1716, 9 ਅਗਸਤ 1715 ਜਾਂ ਇਹਨਾਂ ਵਿੱਚੋਂ ਕੋਈ ਨਹੀਂ? ਤਾਂ ਰਾਈਟ ਆਂਸਰ ਹੈ 9 ਜੂਨ 1716। ਠੀਕ ਹੈ ਜੀ, ਬੰਦਾ ਸਿੰਘ ਬਹਾਦਰ ਅਤੇ ਉਸਦੇ ਪੁੱਤਰ ਅਜੇ ਸਿੰਘ ਨੂੰ ਜੋ 9 ਜੂਨ 1716 ਈਸਵੀ ਨੂੰ ਜੋ ਸ਼ਹੀਦ ਕੀਤਾ ਗਿਆ ਸੀ। ਕਿਸ ਰਾਜ ਨੂੰ ਭਾਰਤ ਦੀ ਰੋਟੀ ਦੀ ਟੋਕਰੀ ਵਜੋਂ ਜਾਣਿਆ ਜਾਂਦਾ ਹੈ? ਰਾਜਸਥਾਨ, ਹਰਿਆਣਾ, ਗੁਜਰਾਤ ਜਾਂ ਪੰਜਾਬ? ਤਾਂ ਰਾਈਟ ਆਂਸਰ ਹੈ ਪੰਜਾਬ। ਠੀਕ ਹੈ ਜੀ, ਪੰਜਾਬ ਨੂੰ ਜੋ ਭਾਰਤ ਦੀ ਰੋਟੀ ਦੀ ਟੋਕਰੀ ਕਿਹਾ ਜਾਂਦਾ ਹੈ। ਪਿਓ ਪੁੱਤਰ ਕਿਸ ਦੁਆਰਾ ਲਿਖਿਆ ਇੱਕ ਪੰਜਾਬੀ ਨਾਵਲ ਹੈ? ਸੁਰਿੰਦਰ ਸਿੰਘ ਨਰੂਲਾ, ਸੰਤ ਸਿੰਘ ਸੇਖੋਂ, ਜਸਵੰਤ ਸਿੰਘ ਕੰਵਲ ਜਾਂ ਸੋਹਣ ਸਿੰਘ ਸੀਤਲ? ਤਾਂ ਰਾਈਟ ਆਂਸਰ ਹੈ ਸੁਰਿੰਦਰ ਸਿੰਘ ਨਰੂਲਾ। ਠੀਕ ਹੈ ਜੀ, ਜੋ ਪਿਓ ਪੁੱਤਰ ਇੱਕ ਪੰਜਾਬੀ ਨਾਵਲ ਹੈ ਜੋ ਕਿ ਸੁਰਿੰਦਰ ਸਿੰਘ ਨਰੂਲਾ ਵੱਲੋਂ ਲਿਖਿਆ ਗਿਆ ਹੈ। ਰਣਜੀਤ ਸਾਗਰ ਡੈਮ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ? ਪੌਂਗ ਡੈਮ, ਪੰਡੋਰ ਡੈਮ, ਹਰੀਕੇ ਡੈਮ ਜਾਂ ਥੀਨ ਡੈਮ? ਤਾਂ ਰਾਈਟ ਆਂਸਰ ਹੈ ਥੀਨ ਡੈਮ। ਠੀਕ ਹੈ ਜੀ, ਰਣਜੀਤ ਸਾਗਰ ਡੈਮ ਨੂੰ ਜੋ ਥੀਨ ਡੈਮ ਵੀ ਕਿਹਾ ਜਾਂਦਾ ਹੈ, ਇਹ ਜੋ ਰਾਵੀ ਨਦੀ 'ਤੇ ਬਣਿਆ ਹੋਇਆ ਹੈ। ਤਾਂ ਤੁਸੀਂ ਯਾਦ ਰੱਖਣਾ, ਤੁਹਾਨੂੰ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਜੋ ਥੀਨ ਡੈਮ ਕਿਸ ਨਦੀ 'ਤੇ ਬਣਿਆ ਹੋਇਆ ਹੈ, ਤਾਂ ਤੁਹਾਡਾ ਰਾਈਟ ਆਂਸਰ ਹੋਵੇਗਾ ਰਾਵੀ ਨਦੀ। 1966 ਵਿੱਚ ਵੰਡ ਸਮੇਂ ਪੰਜਾਬ ਦੇ ਕਿੰਨੇ ਜ਼ਿਲ੍ਹੇ ਸਨ? 11, 9, 10 ਜਾਂ 8? ਤਾਂ ਰਾਈਟ ਆਂਸਰ ਹੈ 11। 1966 ਦੀ ਵੰਡ ਸਮੇਂ ਜੋ ਪੰਜਾਬ ਦੇ 11 ਜ਼ਿਲ੍ਹੇ ਸਨ। ਐਂਡ ਦੋਸਤੋ, ਤੁਹਾਨੂੰ ਪੁੱਛਿਆ ਜਾਵੇ ਕਿ 1947 ਤੋਂ ਪਹਿਲਾਂ ਜੋ ਪੰਜਾਬ ਦੇ ਕਿੰਨੇ ਜ਼ਿਲ੍ਹੇ ਸਨ? ਤਾਂ ਰਾਈਟ ਆਂਸਰ ਆਪਣਾ ਹੋਵੇਗਾ 29। ਐਂਡ ਜੋ 16 ਜ਼ਿਲ੍ਹੇ ਚਲੇ ਗਏ ਸਨ ਪਾਕਿਸਤਾਨ ਦੇ ਪੰਜਾਬ ਵੱਲ, ਯਾਨੀ ਕਿ ਲਹਿੰਦੇ ਪੰਜਾਬ ਵੱਲ, ਐਂਡ ਜੋ 13 ਜ਼ਿਲ੍ਹੇ ਪੂਰਬੀ ਪੰਜਾਬ ਯਾਨੀ ਕਿ ਭਾਰਤੀ ਪੰਜਾਬ ਵੱਲ ਰਹਿ ਗਏ ਸਨ। ਪੰਜਾਬ ਦਾ ਕਿਹੜਾ ਜ਼ਿਲ੍ਹਾ ਸਭ ਤੋਂ ਵੱਧ ਖੇਡਾਂ ਦਾ ਸਮਾਨ ਬਣਾਉਂਦਾ ਹੈ? ਜਲੰਧਰ, ਅੰਮ੍ਰਿਤਸਰ, ਲੁਧਿਆਣਾ ਜਾਂ ਫਿਰੋਜ਼ਪੁਰ? ਤਾਂ ਰਾਈਟ ਆਂਸਰ ਹੈ ਜਲੰਧਰ। ਠੀਕ ਹੈ ਜੀ, ਪੰਜਾਬ ਦੇ ਜੋ ਜਲੰਧਰ ਸ਼ਹਿਰ ਅੰਦਰ ਸਭ ਤੋਂ ਵੱਧ ਜੋ ਖੇਡਾਂ ਦਾ ਸਮਾਨ ਬਣਾਇਆ ਜਾਂਦਾ ਹੈ। ਰਸੀਦੀ ਟੈਕਟ ਇੱਕ ਸਵੈ ਜੀਵਨੀ ਹੈ, ਕਿਸ ਦੁਆਰਾ ਲਿਖੀ ਗਈ ਹੈ? ਬਲਵੰਤ ਗਾਰਗੀ, ਵੀਰ ਸਿੰਘ, ਅੰਮ੍ਰਿਤਾ ਪ੍ਰੀਤਮ, ਦਲੀਪ ਕੌਰ ਟਵਾਣਾ? ਤਾਂ ਰਾਈਟ ਆਂਸਰ ਹੈ ਅੰਮ੍ਰਿਤਾ ਪ੍ਰੀਤਮ। ਠੀਕ ਹੈ ਜੀ, ਰਸੀਦੀ ਟੈਕਟ ਜੋ ਅੰਮ੍ਰਿਤਾ ਪ੍ਰੀਤਮ ਦੀ ਆਟੋਬਾਇਓਗ੍ਰਾਫੀ ਹੈ। ਹਰਿਮੰਦਰ ਸਾਹਿਬ ਲਈ ਜ਼ਮੀਨ ਦਾਨ ਕਰਨ ਵਾਲੇ ਭਾਰਤੀ ਸ਼ਾਸਕ ਦਾ ਨਾਮ ਦੱਸੋ? ਅਕਬਰ, ਬਾਬਰ, ਸ਼ਾਹਜਹਾਂ? ਉਪਰੋਕਤ ਵਿੱਚੋਂ ਕੋਈ ਨਹੀਂ। ਤਾਂ ਰਾਈਟ ਆਂਸਰ ਹੈ ਅਕਬਰ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਥਾਪਨਾ ਕਿਸ ਸਾਲ ਹੋਈ ਸੀ? 1969, 1969, 1979 ਜਾਂ 1999? ਤਾਂ ਰਾਈਟ ਆਂਸਰ ਹੈ 1969। 1969 ਵਿੱਚ ਜੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਜੋ ਸਥਾਪਨਾ ਹੋਈ ਸੀ।
ਸ਼ਹੀਦ ਭਗਤ ਸਿੰਘ ਨੇ ਕਿਸ ਸਾਲ ਨੌਜਵਾਨ ਭਾਰਤ ਸਭਾ ਬਣਾਈ ਸੀ? 1925, 1926, 1927 ਜਾਂ 1928? ਤਾਂ ਰਾਈਟ ਆਂਸਰ ਹੈ 1926। ਠੀਕ ਹੈ, 1926 ਵਿੱਚ ਉਹ ਨੌਜਵਾਨ ਭਾਰਤ ਸਭਾ ਦੀ ਜੋ ਸਥਾਪਨਾ ਹੋਈ ਸੀ।